ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜ ਜੀ ਦੁਆਰਾ ਲਿਖੀ ਕਿਤਾਬ ਖਿੜਕੀਆਂ ਇੱਕ ਚਰਚ ਵਿੱਚ ਇੱਕ ਪਾਦਰੀ ਇੱਕ ਬੱਚੇ ਦੀ ਸੂਝ-ਬੂਝ ਪਰਖਣ ਲਈ ਉਸ ਨੂੰ ਤਿਲਕਵੇਂ ਸਵਾਲ ਪੁੱਛ ਰਿਹਾ ਸੀ ਅਤੇ ਉਹ ਬੱਚਾ ਪਾਦਰੀ ਦੇ ਪ੍ਰਸ਼ਨਾਂ ਦੇ ਉੱਤਰ ਆਪਣੀ ਉਮਰ ਦੇ ਮੁਕਾਬਲੇ ਉਚੇਰੀ ਸੂਝ-ਸਿਆਣਪ ਨਾਲ ਦੇ ਰਿਹਾ ਸੀ ਅੰਤ ਵਿੱਚ ਪਾਦਰੀ ਨੇ ਪੁੱਛਿਆ ਜੇ ਤੂੰ ਦੱਸੇ ਕਿ ਪ੍ਰਮਾਤਮਾ ਕਿੱਥੇ ਹੈ ਤਾਂ ਮੈਂ ਤੈਨੂੰ ਇੱਕ ਸੰਤਰੇ ਇਨਾਮ ਦੇਵਾਂਗਾ ਜਿਸ ਦਾ ਬੱਚੇ ਨੇ ਪੂਰੇ ਵਿਸ਼ਵਾਸ ਨਾਲ ਉੱਤਰ ਦਿੱਤਾ ਕਿ ਜੇ ਤੁਸੀਂ ਦੱਸਦੇ ਹੋ ਕਿ ਪ੍ਰਮਾਤਮਾ ਕਿੱਥੇ ਨਹੀਂ ਹੈ ਤਾਂ ਮੈਂ ਤੁਹਾਨੂੰ ਦੋ ਸੰਤਰੇ ਇਨਾਮ ਦੇਵਾਂਗਾ ਨੂੰ ਬਾਹਰੋਂ ਆਈ ਹੈ ਉਸਨੇ ਤੁਹਾਡੇ ਘਰ ਰਹਿ ਕੇ ਜੋ ਨਤੀਜੇ ਕੱਢਣੇ ਹਨ ਉਹ ਘਰ ਦੀ ਚਾਰ ਦਿਵਾਰੀ ਦੇ ਅੰਦਰ ਨਹੀਂ ਰਹਿਣਗੇ ਪਹਿਲਾਂ ਘਰ ਦੀਆਂ ਚੰਗੀਆਂ ਮਾੜੀਆਂ ਗੱਲਾਂ ਉਸਦੇ ਪੇਕਿਆਂ ਤੱਕ ਫੈਲਣਗੀਆਂ ਇਹ ਰ ਬਰਾਦਰੀ ਵਿੱਚ ਪਹੁੰਚਣ ਗਿਆ ਨੂੰ ਜਿਹਾ ਮਹਿਮਾਨ ਹੁੰਦੀ ਹੈ ਜਿਸ ਨੇ ਸਦਾ ਇੱਥੇ ਹੀ ਰਹਿਣਾ ਹੈ ਇਹ ਤੱਥ ਜਿਤਨੀ ਸੋਖ ਨਾਲ ਮੰਨ ਲਿਆ ਜਾਵੇ ਉਤਨਾ ਹੀ ਲਾਭਕਾਰੀ ਸਾਥਤ ਹੁੰਦਾ ਹੈ ਉਹ ਵੱਖਰੇ ਮਾਹੌਲ ਵਿੱਚੋਂ ਆਈ ਹੈ ਉਸ ਨੂੰ ਆਪਣੇ ਘਰ ਦਾ ਮਾਹੌਲ ਉਤਾਰਨ ਲਈ ਅਤੇ ਤੁਹਾਡੇ ਘਰ ਦਾ ਮਾਹੌਲ ਪੈਨਣ ਵਿੱਚ ਸਮਾਂ ਲੱਗੇਗਾ ਉਹ ਬਹੁਤੀਆਂ ਤੁਹਾਡੀਆਂ ਗੱਲਾਂ ਮੰਨ ਲਵੇਗੀ ਪਰ ਕੁਝ ਆਪਣੀਆਂ ਵੀ ਲਾਗੂ ਕਰਨੀਆਂ ਚਾਹੇਗੀ ਇਹ ਜਿੱਤ ਹਾਰ ਦਾ ਮਸਲਾ ਨਹੀਂ ਹੈ ਇਹ ਤਾਲਮੇਲ ਦਾ ਹੁਨਰ ਹੈ ਵਾਲੇ ਦੁਆਲੇ ਵਿੱਚੋਂ ਗਵਾਹੀਆਂ ਮਿਲ ਜਾਣਗੀਆਂ ਕਿ ਜਿਸ ਵੀ ਪਰਿਵਾਰ ਨੇ ਨੂਨ ਆਪਣੇ ਘਰ ਦਾ ਜੀ ਸਮਝਿਆ ਹੈ ਉਹ ਪਰਿਵਾਰ ਖੁਸ਼ਹਾਲ ਹੋਇਆ ਹੈ ਐਸੀ ਆਪਣੇ ਘਰ ਅਤੇ ਪਰਿਵਾਰ ਦੀ ਜਿੰਨੀ ਮਰਜ਼ੀ ਪ੍ਰਸ਼ੰਸਾ ਕਰੀਏ ਕੋਈ ਵਿਸ਼ਵਾਸ ਨਹੀਂ ਕਰੇਗਾ ਪਰ ਜਦੋਂ ਕਿਸੇ ਥਾਂ ਸਾਡੀ ਨੂ ਸਾਡੇ ਬਾਰੇ ਚੰਗੀਆਂ ਗੱਲਾਂ ਜਾਂ ਸਾਡੇ ਘਰ ਦੀ ਪ੍ਰਸ਼ੰਸਾ ਕਰੇਗੀ ਤਾ ਲੋਕ ਮੰਨਣਗੇ ਹੀ ਨਹੀਂ ਹੋਰਾਂ ਨੂੰ ਵੀ ਦੱਸਣਗੇ ਜਿਤਨੀ ਸੋਖ ਨਾਲ ਕਿਸੇ ਘਰ ਜਾਂ ਪਰਿਵਾਰ ਦੀ ਸ਼ੋਭਾ ਘਰ ਦੀ ਨੂਰਾਂ ਹੀ ਫੈਲਦੀ ਹੈ ਉਤਨੀ ਕਿਸੇ ਹੋਰ ਢੰਗ ਨਾਲ ਨਹੀਂ ਫੈਲਦੀ ਘਰ ਅੰਦਰ ਅਸੀਂ ਕਿਤਨੇ ਹੀ ਜੀ ਹੁੰਦੇ ਹਾਂ ਕਿ ਅਸੀਂ ਸਾਰੇ ਰਲ ਕੇ ਇੱਕ ਜੀ ਦਾ ਦਿਲ ਨਹੀਂ ਜਿੱਤ ਸਕਦੇ ਅਸੀਂ ਜਿੱਤ ਸਕਦੇ ਹਾਂ ਜੇ ਅਸੀਂ ਆਪਣਾ ਜੀਵਨ ਸੌਖਾ ਸੁਖੀ ਅਤੇ ਸੁਹਾਵਣਾ ਬਣਾਉਣ ਦੇ ਚਾਹਵਾਨ ਹੋਈਏ ਕਲਾਕਾਰਾਂ ਵਿੱਚ ਬੜਾ ਸਾੜਾ ਹੁੰਦਾ ਹੈ ਇਹ ਮੰਚ ਉੱਤੇ ਹੀ ਚੰਗਾ ਵਿਹਾਰ ਕਰਦੇ ਅਤੇ ਚੰਗੀ ਤਰ੍ਹਾਂ ਪੇਸ਼ ਆਉਂਦੇ ਹਨ ਉਹ ਜਿਹੇ ਲੜਦੇ ਭੜਦੇ ਹੀ ਰਹਿੰਦੇ ਹਨ ਇੱਕ ਅਦਾਕਾਰ ਆਪਣੀ ਪ੍ਰਸ਼ੰਸਾ ਕਰਦਿਆਂ ਦੱਸ ਰਹੀ ਸੀ ਕਿ ਜਦੋਂ ਮੈਂ ਗਾਉਂਦੀ ਹਾਂ ਤਾਂ ਸਾਰੇ ਸਰੋਤਿਆਂ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਜਾਂਦੇ ਹਨ ਸੁਣਨ ਵਾਲੀ ਅਦਾਕਾਰਾਂ ਨੇ ਕਿਹਾ ਇਤਨੇ ਬੰਦਿਆਂ ਨੂੰ ਇੱਕੋ ਵੇਲੇ ਵਾਸ ਹੀ ਲੈਂਦੇ ਆ ਕਦੀ ਵੇਖਿਆ ਤਾਂ ਨਹੀਂ ਪਰ ਤੇਰੀ ਗਾਇਕੀ ਹੀ ਜਿਹੀ ਹੈ ਜਿਸ ਨੂੰ ਸੁਣ ਕੇ ਅਜਿਹਾ ਹੋ ਜਾਣਾ ਸੰਭਵ ਲੱਗਦਾ ਹੈ ਇੱਕ ਲੜਕੀ ਨੇ ਆਪਣੇ ਜਮਾਤੀ ਨੂੰ ਪਿਆਰ ਕੀਤਾ ਜਿਹੜਾ ਇੱਕ ਦਿਨ ਅਚਾਨਕ ਉਸਦੇ ਰਾਹਾਂ ਵਿੱਚੋਂ ਦੁਰ ਗਿਆ ਸੀ ਵਿਦੇਸ਼ ਚਲਾ ਗਿਆ ਸੀ ਉਸ ਨੂੰ ਭੁੱਲ ਗਿਆ ਸੀ 20 ਸਾਲ ਮਗਰੋਂ ਅਚਾਨਕ ਇੱਕ ਦਿਨ ਉਸ ਨੂੰ ਦੂਜੇ ਸ਼ਹਿਰ ਤੋਂ ਸਾਬਕਾ ਪ੍ਰੇਮੀ ਦੀ ਚਿੱਠੀ ਆਈ ਤੇਰੀ ਬੜੀ ਯਾਦ ਆਉਂਦੀ ਹੈ ਮਿਲਣਾ ਚਾਹੁੰਦਾ ਹਾਂ ਕਈ ਦਿਨ ਉਹ ਸੋਚਦੀ ਰਹੀ ਜਵਾਬ ਦੇਵਾਂ ਕਿ ਨਾ ਪੁਰਾਣੀਆਂ ਯਾਦਾਂ ਜਾਗ ਪਈਆਂ ਸਨ ਜਦੋਂ ਉਸ ਜਮਾਤੀ ਨੇ ਉਸਦਾ ਸਾਰਾ ਜੀਵਨ ਮੱਲਿਆ ਹੋਇਆ ਸੀ ਦਿਨ ਰਾਤ ਸਵੇਰ ਸ਼ਾਮ ਉੱਠਦੇ ਆ ਬੈਠਦੇ ਆ ਉਸ ਨੂੰ ਉਸੇ ਦੇ ਖਿਆਲ ਆਉਂਦੇ ਸਨ ਉਸ ਨੂੰ ਚੰਗੀ ਲੱਗਣ ਵਾਸਤੇ ਉਹ ਸੋਚਦੀ ਰਹਿੰਦੀ ਸੀ ਕੀ ਪਹਿਨਾਂ ਕੀ ਬੋਲਾਂ ਕੀ ਕਰਾਂ ਉਸ ਨੂੰ ਉਸਦੇ ਚਲੇ ਜਾਣ ਦੀ ਬੜੀ ਉਦਾਸੀ ਸੀ ਤੇ ਇਸ ਗੱਲ ਦਾ ਸਦਮਾ ਸੀ ਕਿ ਉਸਨੇ ਉਸ ਨੂੰ ਕਿਸ ਯੋਗ ਵੀ ਨਹੀਂ ਸੀ ਸਮਝਿਆ ਕਿ ਉਹ ਦੱਸ ਕੇ ਜਾਂਦਾ ਉਹ ਇਕਦਮ ਲੋਪ ਹੋ ਗਿਆ ਸੀ ਚਿੱਠੀ ਮਿਲਣ ਨੂੰ ਬਰੰਦ ਕਈ ਦਿਨ ਉਸ ਨੂੰ ਭੁੱਲਿਆ ਰਿਹਾ ਕਿ ਹੁਣ ਉਹ 40 ਸਾਲਾਂ ਦੀ ਸੀ ਉਸ ਕੋਲ ਸਿਆਣਾ ਤੇ ਜ਼ਿੰਮੇਵਾਰ ਪਤੀ ਸੀ ਦੋ ਬੱਚੇ ਸਨ ਸਿਰ ਉੱਤੇ ਆਪਣੀ ਛੱਤ ਸੀ ਰਹਿਣ ਲਈ ਸੁਖਾਵਾਂ ਘਰ ਸੀ ਸੋਚਦੀ ਰਹੀ ਕਿ ਜਵਾਬ ਭੇਜਾਂ ਕਿ ਨਾ ਇਹ ਜਵਾਬ ਭੇਜਾਂ ਤਾਂ ਕੀ ਲਿਖਾਂ ਕੀ ਪੁੱਛਾਂ ਕੀ ਦੱਸਾਂ ਸੋਚਦੀ ਰਹੀ ਮਨ ਵਿੱਚ ਜਿਹੜੇ ਗਿੱਲੇ ਸ਼ਿਕਵੇ ਸਨ ਉਹ ਪ੍ਰਗਟਾ ਦੇਾਂ ਪਰ ਖਿਆਲ ਆਇਆ ਲੰਘ ਗਏ ਕਾਫਲੇ ਵਾਪਸ ਨਹੀਂ ਆਉਂਦੇ ਉਹ ਸਵੇਰੇ ਸੋਚਦੀ ਸੀ ਇੱਕ ਵਾਰੀ ਮਿਲਣ ਵਿੱਚ ਕੀ ਹਰਜ ਸੀ ਫਿਰ ਖਿਆਲ ਆਉਂਦਾ ਹੁਣ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਸਵੇਰੇ ਫੈਸਲਾ ਕਰਦੀ ਸੀ ਨਹੀਂ ਮਿਲਣਾ ਸ਼ਾਮ ਨੂੰ ਪੁਰਾਣੇ ਆਜਾਦਾਂ ਘੇਰ ਲੈਂਦੀਆਂ ਸਨ ਮਨ ਕਰਦਾ ਸੀ ਵੇਖਾਂ ਦਾ ਸਹੀ ਉਹ ਹੁਣ ਕਿਵੇਂ ਹੈ ਜੇ ਅਸੀਂ ਇਕੱਠੇ ਹੁੰਦੇ ਤਾਂ ਕੀ ਹੁਣ ਨਾਲੋਂ ਚੰਗੇ ਹੁੰਦੇ ਜਾਂ ਵੱਖ-ਵੱਖ ਹੀ ਚੰਗੇ ਹਾਂ ਫਿਰ ਖਿਆਲ ਆਇਆ ਕਿ ਇੱਕ ਲਾਈਨ ਦਾ ਜਵਾਬ ਲਿਖ ਦਿਆਂ ਕਿ ਠੰਡੀ ਇੰਗੀਠੀ ਉੱਤੇ ਕੁਝ ਨਹੀਂ ਰਿੱਜਦਾ ਇਹਨਾਂ ਦੁਚਿੱਤੀਆਂ ਕਾਰਨ ਹੋ ਮਿਲਣ ਜਾਂ ਨਾ ਮਿਲਣ ਦਾ ਫੈਸਲਾ ਨਾ ਕਰ ਸਕੀ ਇਸ ਦੌਰਾਨ ਉਹ ਭਾਵੇਂ ਘਰ ਦੇ ਸਾਰੇ ਕੰਮ-ਕਾਜ ਕਰਦੀ ਰਹੀ ਪਰ ਉਹ ਨਿਰੰਤਰ ਕਲਪਨਾ ਦੀਆਂ ਗਲੀਆਂ ਵਿੱਚ ਭਟਕਦੀ ਰਹੀ ਇਨਾ ਦਿਨਾਂ ਵਿੱਚ ਇੱਕ ਦਿਨ ਜਦੋਂ ਉਸਦਾ ਪਤੀ ਘਰ ਆਇਆ ਤਾਂ ਉਸਨੇ ਆਪਣੀ ਪੱਗ ਲਾ ਕੇ ਨਾਲ ਦੀ ਕੁਰਸੀ ਤੇ ਰੱਖ ਦਿੱਤੀ ਅਤੇ ਕੁਰਸੀ ਤੇ ਪਈ ਪਤਨੀ ਦੀ ਚੁੰਨੀ ਆਪਣੇ ਸਿਰ ਤੇ ਲਪੇਟ ਲਈ ਉਹ ਰੋਜ਼ ਵਾਂਗ ਪਤੀ ਲਈ ਚਾਹ ਬਣਾ ਰਹੀ ਸੀ ਜਦੋਂ ਚਾਹ ਲੈ ਕੇ ਆਈ ਤਾਂ ਪਹਿਲਾਂ ਤਾਂ ਉਸ ਨੂੰ ਪਤੀ ਦੀ ਪਛਾਣ ਹੀ ਨਾ ਆਈ ਪਤੀ ਕਿਸੇ ਕੱਪੜੇ ਨਾਲ ਸਿਰ ਟਕ ਲੈਂਦਾ ਸੀ ਪਰ ਉਸ ਦੀ ਚੁੰਨੀ ਨਾਲ ਸਿਰ ਉਸਨੇ ਪਹਿਲੀ ਵਾਰ ਟਕਿਆ ਸੀ ਅਤੇ ਦੇ ਸਿਰ ਤੇ ਲਿਫਟੀ ਆਪਣੀ ਚੁੰਨੀ ਵੇਖ ਕੇ ਉਸ ਨੂੰ ਮਹਿਸੂਸ ਹੋਇਆ ਜਿਵੇਂ ਚੁੰਨੀ ਰਾਹੀ ਉਸਦੇ ਪਤੀ ਨੇ ਉਸ ਨੂੰ ਆਪਣੇ ਸਿਰ ਤੇ ਬਿਠਾ ਲਿਆ ਸੀ ਇਹ ਦ੍ਰਿਸ਼ ਵੇਖ ਕੇ ਉਸ ਦੀ ਦੁਚਿੱਤੀ ਮੁੱਕ ਗਈ ਅਤੇ ਉਸ ਨੇ ਉਸੇ ਵੇਲੇ ਫੈਸਲਾ ਕਰ ਲਿਆ ਕਿ ਉਹ ਵਿਦੇਸ਼ ਤੋਂ ਆਏ ਅਜਨਬੀ ਨੂੰ ਨਹੀਂ ਮਿਲੇਗੀ ਜਿਵੇਂ ਅਸਲੀ ਸਿੱਕਿਆਂ ਤੋਂ ਬਿਨਾ ਨਕਲੀ ਸਿੱਕੇ ਨਹੀਂ ਚੱਲ ਸਕਦੇ ਓਵੇਂ ਹੀ ਜਾਇਜ਼ ਰਿਸ਼ਤਿਆਂ ਤੋਂ ਬਿਨਾ ਨਾਜਾਇਜ਼ ਰਿਸ਼ਤੇ ਵੀ ਨਹੀਂ ਚੱਲ ਸਕਦੇ ਉਵੇਂ ਹੀ ਸੱਚ ਦੀ ਹੋਂਦ ਤੋਂ ਬਿਨਾਂ ਝੂਠ ਵੀ ਨਹੀਂ ਉਪਜ ਸਕਦਾ ਸਹੀ ਵਿਹਾਰ ਦੇ ਪੈਮਾਨਿਆਂ ਤੋਂ ਬਿਨਾਂ ਕਿਸੇ ਕਾਰਜ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਇੱਕ ਦੇ ਮੁਲਾਂਕਣ ਲਈ ਦੂਜੇ ਦਾ ਹੋਣਾ ਜ਼ਰੂਰੀ ਹੈ ਵਿਸ਼ੇਪ੍ਰਸਿੱਧ ਮੂਰਤੀਕਾਰ ਰੋਡਿਨ ਨੇ ਫਰਾਂਸ ਦੇ ਸਿਰ ਮੋਰ ਸਾਹਿਤਕਾਰ ਬਲਜਾਕ ਦੀ ਮੂਰਤੀ ਬਣਾਈ ਸੀ ਜਿਸ ਦੇ ਹੱਥ ਟੁੱਟੇ ਹੋਏ ਹਨ ਰੋਡਨ ਨੇ ਜਦੋਂ ਮੂਰਤੀ ਬਣਾਈ ਸੀ ਉਦੋਂ ਉਸਦੇ ਹੱਥ ਸਬੂਤੇ ਸਨ ਜਦੋਂ ਉਸਨੇ ਮੂਰਤੀ ਸਥਾਪਿਤ ਕੀਤੀ ਸੀ ਤਾਂ ਹਰੇਕ ਦਰਸ਼ਕ ਹੱਥਾਂ ਦੀ ਪ੍ਰਸ਼ੰਸਾ ਕਰਦਾ ਸੀ ਹਰ ਕੋਈ ਕਹਿ ਰਿਹਾ ਸੀ ਇਹੋ ਜਿਹੇ ਹੱਥ ਕੋਈ ਹੋਰ ਮੂਰਤੀਕਾਰ ਨਹੀਂ ਬਣਾ ਸਕਿਆ ਮੂਰਤੀ ਦੀ ਕੀ ਲੋੜ ਸੀ ਇਹ ਹੱਥ ਹੀ ਕਾਫੀ ਸਨ ਜਦੋਂ ਰੋਡਨ ਨੇ ਵੇਖਿਆ ਕਿ ਲੋਕ ਕੇਵਲ ਹੱਥਾਂ ਵੱਲ ਧਿਆਨ ਦਿੰਦੇ ਸਨ ਅਤੇ ਮੂਰਤੀ ਬਾਰੇ ਅਵੇਸਲੇ ਸਨ ਉਸਨੇ ਹਥੋੜਾ ਲੈ ਕੇ ਮੂਰਤੀ ਦੇ ਹੱਥ ਤੋੜ ਦਿੱਤੇ ਅਤੇ ਕਿਹਾ ਅਸਲ ਮੂਰਤੀ ਉਹ ਹੁੰਦੀ ਹੈ ਜਿਹੜੀ ਸਮੁੱੱਚ ਵਿੱਚ ਪ੍ਰਭਾਵਿਤ ਕਰੇ ਅੰਗਾਂ ਵਿੱਚ ਨਹੀਂ ਦਖਣੀ ਤੁਰਪ ਪਹੁੰਚਣ ਵਾਲਾ ਕੈਪਟਨ ਸਕਾਟ ਇੱਕ ਤੂਫਾਨੀ ਹਨੇਰੀ ਵਿੱਚ ਉਸ ਵੇਲੇ ਮਾਰਿਆ ਗਿਆ ਸੀ ਜਦੋਂ ਉਹ ਆਪਣੀ ਡਾਇਰੀ ਵਿੱਚ ਆਪਣੇ ਮਿੱਤਰ ਸਰ ਬੇਰੀ ਨੂੰ ਇੱਕ ਖੱਤ ਲਿਖ ਰਿਹਾ ਸੀ ਬੜੀ ਭਾਲ ਕਰਨ ਉਪਰੰਤ ਜਦੋਂ ਉਸ ਦਾ ਸਰੀਰ ਬਰਫ਼ ਥੱਲੋਂ ਦੱਬਿਆ ਹੋਇਆ ਲੱਭਿਆ ਤਾਂ ਉਸ ਦੇ ਹੱਥਾਂ ਵਿੱਚ ਉਹ ਡਾਇਰੀ ਅਤੇ ਕਲਮ ਫੜੀ ਹੋਈ ਸੀ। ਉਹ ਖਤ ਅਧੂਰਾ ਸੀ। ਉਸ ਖਤ ਵਿੱਚ ਸਕਾਟ ਨੇ ਦੱਖਣੀ ਤੁਰੂ ਪਹੁੰਚਣ ਦੀਆਂ ਮੁਸ਼ਕਲਾਂ ਅਤੇ ਹਾਦਸਿਆਂ ਦਾ ਵਰਣਨ ਕੀਤਾ ਹੋਇਆ ਸੀ। ਅਤੇ ਲਿਖਿਆ ਸੀ ਕਿ ਦੱਖਣੀ ਤੁਰੂ ਪਹੁੰਚਣ ਦੀ ਸਫਲਤਾ ਵਿੱਚ ਇੱਕ ਮਾਤਰ ਵੱਡਾ ਯੋਗਦਾਨ ਉਸ ਦੇ ਦੋਸਤਾਂ ਵੱਲੋਂ ਦਿੱਤੇ ਹੌਸਲੇ ਦਾ ਸੀ। ਉਸ ਖਤ ਵਿੱਚ ਲਾਖੇਲਾ ਸ਼ਬਦ ਹੌਸਲਾ ਸੀ। ਉਹੋ ਕੋਈ ਹੋਰ ਵਾਕ ਲਿਖਣ ਹੀ ਲੱਗਿਆ ਸੀ ਕਿ ਬਰਫੀਲੇ ਤੂਫਾਨ ਦੇ ਹਮਲੇ ਵਿੱਚ ਉਹ ਮਾਰਿਆ ਗਿਆ ਸੀ। ਸਕਾਟ ਦੇ ਇਸ ਖੱਤ ਅਤੇ ਇਸ ਵਿੱਚ ਪ੍ਰਗਟਾਏ ਹੌਸਲੇ ਦੇ ਗੁਨਾ ਦੀ ਵਿਸ਼ਵ ਭਰ ਵਿੱਚ ਚਰਚਾ ਤੇ ਪ੍ਰਸ਼ੰਸਾ ਹੋਈ ਸੀ। ਸਰ ਬੇਰੀ ਨੇ ਇਹ ਖੱਤ ਰੁਮਾਲਿਆਂ ਵਿੱਚ ਸਾਂਭਿਆ ਹੋਇਆ ਸੀ। ਕੁਝ ਅਰਸੇ ਮਗਰੋਂ ਸਰ ਬੇਰੀ ਦੀ ਸੱਜੀ ਬਾਹ ਅਧਰੰਗ ਦਾ ਸ਼ਿਕਾਰ ਹੋਣ ਕਾਰਨ ਵਰਤਨ ਦੇ ਪੱਖੋਂ ਨਕਾਰਾ ਹੋ ਗਈ ਸੀ। ਜਿਸ ਕਾਰਨ ਉਹ ਬੜਾ ਉਦਾਸ ਸੀ। ਇੱਕ ਰਾਤ ਉਸਨੇ ਆਪਣੇ ਮਿੱਤਰ ਸਕਾਟ ਦਾ ਖਤ ਕੱਢਿਆ ਮੋੜ ਪੜਿਆ ਅਤੇ ਸੰਕਲਪ ਕੀਤਾ ਕਿ ਜੇ ਹੌਂਸਲਾ ਸਕਾਟ ਨੂੰ ਦੱਖਣੀ ਤਰੁਪਨ ਜਾ ਸਕਦਾ ਹੈ ਅਤੇ ਤੂਫਾਨ ਵਿੱਚ ਇਕੱਲਿਆਂ ਹੌਸਲੇ ਦੀਆਂ ਗੱਲਾਂ ਲਿਖਣ ਦਾ ਸਾਹਸ ਦੇ ਸਕਦਾ ਹੈ ਤਾਂ ਕੀ ਮੈਂ ਦੂਜੀ ਬਾਹ ਵਰਤਨ ਦਾ ਹੌਸਲਾ ਅਤੇ ਉਪਰਲਾ ਨਹੀਂ ਕਰ ਸਕਦਾ ਉਸਨੇ ਖੱਬੀ ਬਾਹ ਵਾਲੇ ਹੱਥ ਨਾਲ ਲਿਖਣਾ ਸਿੱਖਿਆ ਅਤੇ ਸਾਰੇ ਕੰਮ ਕਰਨੇ ਸਿੱਖੇ ਉਸਦੇ ਇਸ ਸੰਕਲਪ ਅਤੇ ਹੌਸਲੇ ਸਦਕਾ ਥੋੜੇ ਜਿਹੇ ਅਰਸੇ ਵਿੱਚ ਹੀ ਉਸਦੀ ਉਧਰ ਅੰਗ ਵਾਲੀ ਬਾਹਾਂ ਵੀ ਪੂਰੀ ਤਰ੍ਹਾਂ ਠੀਕ ਹੋ ਗਈ ਸੀ ਇੱਕ ਆਦਮੀ ਅਮਰੀਕਾ ਦੇ ਪ੍ਰਸਿੱਧ ਅਮੀਰ ਅਤੇ ਪਰਉਪਕਾਰੀ ਰਾਕਫੈਲਰ ਕੋਲ ਮਦਦ ਮੰਗਣ ਗਿਆ ਰਾਕਫੈਲਰ ਨੇ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਉਸ ਨਾਲ ਆਪਣੀ ਕਾਰ ਕੋਲ ਪਹੁੰਚਣ ਤੱਕ ਗੱਲਾਂ ਕਰਦਾ ਗਿਆ ਜਿਸ ਰਸਤੇ ਤੋਂ ਉਹ ਲੰਘੇ ਸਨ ਉੱਥੋਂ ਦੇ ਵਪਾਰੀਆਂ ਦੀ ਸਫਲਤਾ ਵਿੱਚ ਰਾਕਫੈਲਰ ਦਾ ਵੱਡਾ ਯੋਗਦਾਨ ਸੀ ਜਦੋਂ ਰਾਕਫੈਲਰ ਚਲਾ ਗਿਆ ਤਾਂ ਉਸ ਵਿਅਕਤੀ ਨੂੰ ਮਦਦ ਨਾ ਮਿਲਣ ਕਾਰਨ ਮਾਜੂਸੀ ਹੋਈ ਆਪਣਾ ਬੈਗ ਲੈਣ ਲਈ ਵਾਪਸ ਆਉਂਦਿਆਂ ਸਾਰੇ ਵਪਾਰੀਆਂ ਨੇ ਪੁੱਛਿਆ ਤੁਸੀਂ ਰਾਕਫੈਲਰ ਨੂੰ ਕਿਵੇਂ ਜਾਣਦੇ ਹੋ ਅਸੀਂ ਉਸ ਦੇ ਸ਼ੁਕਰਗੁਜ਼ਾਰ ਹਾਂ ਉਸ ਨੇ ਸਾਡੇ ਤੇ ਬੜੀਆਂ ਮਿਹਰਬਾਨੀਆਂ ਕੀਤੀਆਂ ਹਨ ਅਸੀਂ ਤੁਹਾਡੀ ਹਰ ਪ੍ਰਕਾਰ ਦੀ ਮਦਦ ਕਰਨ ਲਈ ਤਿਆਰ ਹਾਂ ਐਵੇਂ ਉਹਨਾਂ ਦੀ ਮਦਦ ਨਾਲ ਉਹ ਆਦਮੀ ਵੀ ਸਫਲ ਹੋ ਗਿਆ ਅਤੇ ਉਸ ਨੇ ਰਾਕਫੈਲਰ ਨੂੰ ਧੰਨਵਾਦ ਦਾ ਖੱਤ ਲਿਖਿਆ ਮੇਰਾ ਕੰਮਰਾ ਤੁਹਾਡੇ ਵੱਲੋਂ ਮੇਰੇ ਮੋਢੇ ਤੇ ਹੱਥ ਰੱਖਣ ਨਾਲ ਹੀ ਹੋ ਗਿਆ ਸੀ ਮੇਰੇ ਮੋਢੇ ਤੇ ਹੱਥ ਰੱਖਣ ਦਾ ਧੰਨਵਾਦ ਡੈਕਾਰਟ ਵਿਸ਼ੇ ਪ੍ਰਸਿੱਧ ਫਿਲਾਸਫਰ ਹੋਇਆ ਹੈ ਇੱਕ ਵਾਰੀ ਕਿਸੇ ਨੇ ਸਭ ਦੇ ਸਾਹਮਣੇ ਉਸ ਦਾ ਅਪਮਾਨ ਕੀਤਾ ਪਰ ਉਹ ਸ਼ਾਂਤ ਰਿਹਾ ਸੰਗੀ ਸਾਥੀਆਂ ਨੇ ਪੁੱਛਿਆ ਤੁਸੀਂ ਮੋੜਮਾ ਸ਼ਾਬਦਿਕ ਹਮਲਾ ਕਰਕੇ ਬਦਲਾ ਕਿਉਂ ਨਹੀਂ ਲਿਆ ਫਿਲਾਸਫਰ ਨੇ ਕਿਹਾ ਜੇ ਕੋਈ ਮੇਰਾ ਅਪਮਾਨ ਕਰਦਾ ਹੈ ਤਾਂ ਮੈਂ ਆਪਣੀ ਸੋਚ ਨੂੰ ਇਤਨੀ ਉੱਚੀ ਕਰ ਲੈਂਦਾ ਹਾਂ ਕਿ ਅਪਮਾਨ ਉੱਥੇ ਪਹੁੰਚਦਾ ਹੀ ਨਹੀਂ ਅਤੇ ਮੈਨੂੰ ਅਪਮਾਨ ਕਰਨ ਵਾਲੇ ਤੇ ਤਰਸ ਆਉਣ ਲੱਗ ਪੈਂਦਾ ਹੈ ਅਤੇ ਉਸ ਪ੍ਰਤੀ ਹਮਦਰਦੀ ਜਾਗ ਪੈਂਦੀ ਹੈ ਇੱਕ ਮੱਠ ਵਿੱਚ ਇੱਕ ਬੋਧੀ ਗੁਰੂ ਆਪਣੇ ਸ਼ਿਸ਼ਿਆ ਨਾਲ ਰਹਿੰਦਾ ਸੀ ਉੱਥੇ अनेका ਕੀਮਤੀ ਗ੍ਰੰਥ ਵੀ ਸਨ ਇੱਕ ਦਿਨ ਇੱਕ ਸ਼ਿਸ਼ੇ ਇੱਕ ਗ੍ਰੰਥ ਲੁਕਾ ਕੇ ਲੈ ਗਿਆ ਗ੍ਰੰਥ ਦੀ ਚੋਰੀ ਦਾ ਉਸੇ ਦਿਨ ਪਤਾ ਲੱਗ ਗਿਆ ਸੀ ਤੇ ਇਹ ਵੀ ਪਤਾ ਲੱਗ ਗਿਆ ਸੀ ਕਿ ਕੌਣ ਲੈ ਗਿਆ ਸੀ ਗੁਰੂ ਨੇ ਕਿਸੇ ਨੂੰ ਪਿੱਛਾ ਕਰਨ ਲਈ ਨਹੀਂ ਭੇਜਿਆ ਲੈ ਜਾਣ ਵਾਲਾ ਪਰੇਸ਼ਾਨ ਹੋਵੇਗਾ ਚੋਰੀ ਫੜੇ ਜਾਣ ਦੇ ਦੋਸਤੋਂ ਬਚਨ ਲਈ ਸ਼ਾਇਦ ਕਹੇ ਕਿ ਮੇਰੇ ਕੋਲ ਗ੍ਰੰਥ ਹੈ ਹੀ ਨਹੀਂ ਏਵੇਂ ਉਹ ਚੋਰੀ ਦੇ ਨਾਲ ਨਾਲ ਝੂਠ ਬੋਲਣ ਦੇ ਪਾਪ ਦਾ ਵੀ ਭਾਗੇ ਬਣੇਗਾ ਸ਼ਿਸ਼ੇ ਗ੍ਰੰਥ ਵੇਚਣ ਦੇ ਉਦੇਸ਼ ਨਾਲ ਇੱਕ ਅਮੀਰ ਵਪਾਰੀ ਕੋਲ ਗਿਆ ਤੇ ਗ੍ਰੰਥ ਦੀ ਕੀਮਤ ਵਦੋਂ ਇੱਕ ਮੋਹਰ ਮੰਗੀ ਵਪਾਰੀ ਨੇ ਕਿਹਾ ਰੱਖ ਜਾ ਮੈਂ ਇਸ ਦਾ ਮੁਲਾਂਕਣ ਕਰਵਾਵਾਂਗਾ ਸ਼ਿਸ਼ਯ ਗ੍ਰੰਥ ਛੱਡ ਗਿਆ ਸ਼ਾਮ ਨੂੰ ਉਹ ਵਪਾਰੀ ਗ੍ਰੰਥ ਲੈ ਕੇ ਮੱਠ ਦੇ ਗੁਰੂ ਕੋਲ ਗਿਆ ਅਤੇ ਪੁੱਛਿਆ ਕਿ ਕੀ ਇਹ ਉਹ ਗ੍ਰੰਥ ਇੱਕ ਮੋਹਰ ਦੇ ਮੁੱਲ ਦਾ ਸੀ ਗੁਰੂ ਨੇ ਕਿਹਾ ਇਹ ਗ੍ਰੰਥ ਸੈਂਕੜੇ ਮੋਹਰਾਂ ਦੇ ਮੁੱਲ ਦਾ ਹੈ ਅਗਲੇ ਦਿਨ ਜਦੋਂ ਵਪਾਰੀ ਨੇ ਸ਼ਿਸ਼ੂ ਨੂੰ ਕਿਹਾ ਹਾਂ ਮੈਂ ਇਹ ਗ੍ਰੰਥ ਇੱਕ ਮੋਹਰ ਦਾ ਖਰੀਦਣ ਲਈ ਤਿਆਰ ਹਾਂ ਤਾਂ ਸ਼ਿਸ਼ੂ ਨੇ ਵਪਾਰੀ ਨੂੰ ਪੁੱਛਿਆ ਇਸ ਗ੍ਰੰਥ ਦਾ ਤੁਸੀਂ ਕਿਸ ਤੋਂ ਮੁਲਾਂਕਣ ਕਰਵਾਇਆ ਸੀ ਵਪਾਰੀ ਨੇ ਦੱਸ ਦਿੱਤਾ ਕਿ ਮੱਠ ਦੇ ਗੁਰੂ ਤੋਂ ਇਸ ਗ੍ਰੰਥ ਦੀ ਪਰਖ ਕਰਵਾਈ ਸੀ ਸ਼ਿष्य ਨੂੰ ਪਛਤਾਵਾ ਹੋਇਆ ਕਿਉਂਕਿ ਮੱਠ ਦੇ ਗੁਰੂ ਨੇ ਵਪਾਰੀ ਨੂੰ ਇਹ ਨਹੀਂ ਸੀ ਜਤਲਾਇਆ ਕਿ ਗ੍ਰੰਥ ਚੁਰਾਇਆ ਗਿਆ ਸੀ ਸ਼ਿष्य ਨੇ ਕਿਹਾ ਮੈਂ ਇਹ ਗ੍ਰੰਥ ਨਹੀਂ ਵੇਚਣਾ ਵਪਾਰੀ ਨੇ 2 ਮੋਰਾ 10 ਮੋਰਾ 100 ਮੋਰਾ ਦੀ ਪੇਸ਼ਕਸ਼ ਕੀਤੀ ਅਰਸ਼ਿਸ਼ ਕਹੀ ਜਾਵੇ ਨਹੀਂ ਵੇਚਣਾ ਕਿਸੇ ਕੀਮਤ ਤੇ ਨਹੀਂ ਵੇਚਣਾ ਗ੍ਰੰਥ ਲੈ ਕੇ ਉਹ ਸ਼ਿਸ਼ ਮੱਠ ਵਿੱਚ ਵਾਪਸ ਗਿਆ ਗੁਰੂ ਦੇ ਚਰਨਾਂ ਵਿੱਚ ਗ੍ਰੰਥ ਰੱਖ ਕੇ ਕਿਹਾ ਮੈਨੂੰ ਗੁਰੂ ਲੱਭ ਪਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ